ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਗੋਬੀ ਦੀ ਵੈਜੀਟੇਨ ਕਿਚਨ ਦੇ ਵਿੱਚ ਅੱਜ ਆਪਾਂ ਤੁਹਾਨੂੰ ਮਿਕਸ ਪਕੌੜੇ ਬਣਾ ਕੇ ਦਿਖਾਵਾਂਗੇ ਆਲੂ ਗੋਬੀ ਪਿਆਜ਼ ਵਿੱਚ ਆਪਾਂ ਬੈਂਗਣ ਪਾਵਾਂਗੇ ਸਾਰੇ ਕਾਸੇ ਮਿਕਸ ਪਕੌੜੇ ਬਣਾਵਾਂਗੇ ਆਪਾਂ ਵੀਡੀਓ ਦੇਖਦੇ ਹੁੰਨੇ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਰਦੇ ਹੋ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਜੇ ਤੁਹਾਨੂੰ ਮਿਲੀ ਵੀਡੀਓ ਵਧੀਆ ਲੱਗਦੀ ਆ ਤੇ ਤੁਸੀਂ ਗਾਹਾਂ ਵਿੱਚ ਸ਼ੇਅਰ ਕਰ ਸਕਦੇ ਆ ਚਲੋ ਆਪਾਂ ਹੁਣ ਤਾਂ ਸਮਾਨ ਦਿਖਾਈਏ ਤੇ ਪਕੌੜੇ ਬਣਾਉਣੇ ਸ਼ੁਰੂ ਕਰੀਏ। ਉਹਦੇ ਲਈ ਮੈਂ ਇੱਕ ਫੁੱਲ ਗੋਭੀ ਦਾ ਲਿਆਇਆ, ਇਹਨੂੰ ਮੈਂ ਚੰਗੀ ਤਰ੍ਹਾਂ ਧੋਸਵਾਰ ਲਿਆਇਆ। ਟੈਕ ਆਪਾਂ ਵੱਡਾ ਬੈਂਗਣ ਲਿਆਇਆ, ਇਹਨੂੰ ਮੈਂ ਦੋ ਹਿੱਸਿਆਂ 'ਚ ਕੱਟਿਆ ਵਿੱਚ। ਦੋ ਆਪਾਂ ਵੱਡੇ ਆਲੂ ਲਏ ਆ, ਇੱਕ ਮੈਂ ਪਿਆਜ਼ ਲਿਆਇਆ ਇਹਦੇ 'ਚ। ਵੱਡੇ 3 ਚਮਚੇ ਆਪਾਂ ਲਏ ਦਹੀਂ ਦੇ, ਇਹਦੇ ਨਾਲ ਖੱਟੇ ਜਿਹੇ ਬਣੂਗੇ ਪਰ ਸੋਨੇ ਕ੍ਰਾਂਚੀ ਜੇ ਬਣਦੇ ਆ ਪਕੌੜੇ ਜਿਹੜੇ ਆ। ਜੇ ਤੁਸੀਂ ਉਹਦਾ ਫਰੈਸ਼ ਟਮਾਟਰ ਪਾਉਣੇ ਆ ਤੇ ਦੋ ਪਾ ਸਕਦੇ ਆ। ਮੈਂ ਇਹ 3 ਵਾਲੇ ਯੂਜ਼ ਕੀਤੇ ਆ, ਤਾਂ ਫਿਰ ਮੈਂ ਅੱਧਾ ਟੀਨ ਟਮਾਟਰਾਂ ਦਾ ਇਹ ਤੁਸੀਂ ਆਪਣੇ ਹਿਸਾਬ ਨਾਲ ਪਾ ਸਕਦੇ ਆਂ ਵੱਧ ਘੱਟ ਕਰ ਸਕਦੇ ਆਂ ਤੇ ਜਿਹੜੀ ਮੇਰੇ ਕੋ ਪਾਲਕ ਆ ਉਹ ਮੇਰੀ ਹੈਗੀ ਆ ਫ੍ਰੀਜਰ ਵਾਲੀ ਧਨੀਆ ਤੇ ਪਾਲਕ ਉਹ ਮੈਂ ਫ੍ਰੀਜਰ ਚੋਂ ਕੱਢ ਕੇ ਪਾਉਂਗੀ ਜਦੋਂ ਮਿਕਸ ਕਰੂੰਗੀ ਉਦੋਂ ਮੈਂ ਤੁਹਾਨੂੰ ਦਿਖਾਉਂਗੀ ਨਾਲ ਹੁਣ ਆਪਾਂ ਪਹਿਲਾਂ ਸਬਜ਼ੀਆਂ ਕੱਟੀਏ ਤੇ ਫਿਰ ਆਪਾਂ ਬੇਸਨ ਵਿੱਚ ਮਿਕਸ ਕਰਾਂਗੇ ਜਿਹੜੀ ਗੋਭੀ ਆ ਜੇ ਤਾਂ ਤੁਹਾਡੇ ਵਿੱਚ ਖਾਂਦੇ ਆ ਫਿਰ ਤਾਂ ਠੀਕ ਹੈ ਜੇ ਨਹੀਂ ਖਾਂਦੇ ਫਿਰ ਤੁਸੀਂ ਇਹਨੂੰ ਇੰਦਾ ਬਰੀਕ ਬਰੀਕ ਕੱਟ ਕੇ ਪਾ ਲਓ ਫਿਰ ਉਹਨਾਂ ਨੂੰ ਪਤਾ ਹੀ ਨਹੀਂ ਲੱਗਣਾ ਵਿੱਚ ਕੀ ਪਾਇਆ ਜੇ ਖਾ ਲੈਂਦੇ ਆ ਫਿਰ ਤੁਸੀਂ ਇਹਨੂੰ ਥੋੜੀ ਮੋਟੀ ਕੱਟ ਲਓ ਇਦਾਂ ਤੇ ਇਦਾਂ ਹੀ ਆਪਾਂ ਬੈਂਗਣ ਕੱਟ ਲੈਣੇ ਆ ਇਦਾਂ ਹੀ ਆਲੂ ਕੱਟ ਲਏ ਪਹਿਲਾਂ ਸਾਰੀਆਂ ਸਬਜ਼ੀਆਂ ਆਪਾਂ ਇਹ ਚ ਕੱਟ ਲਈਏ ਆਪਾਂ ਸਬਜ਼ੀਆਂ ਜਿਹੜੀਆਂ ਸੀ ਸਾਰੀਆਂ ਬਰੀਕ-ਬਰੀਕ ਕੱਟ ਲਈਆਂ ਮੈਂ ਅਦਰਕ ਕੱਟਿਆ ਆ ਪਿਆਜ਼ ਆ ਆਲੂ ਆ ਬੈਂਗਣ ਵੀ ਇਦਨੇ ਕੱਟ ਲਿਆ ਬਰੀਕ-ਬਰੀਕ ਤੇ ਗੋਭੀ ਤਾਂ ਸਾਡੇ ਸਾਹਮਣੇ ਕੱਟ ਲਈ ਸੀ ਹਣਾ ਹੁਣ ਇਹਦੇ ਚ ਆਪਾਂ ਮਿਕਸ ਕਰਾਂਗੇ ਹਰੀ ਮਿਰਚ ਮੈਂ ਆਪਣੇ ਹਿਸਾਬ ਨਾਲ ਪਾ ਲਈ ਆ ਤੁਸੀਂ ਆਪਣੇ ਹਿਸਾਬ ਨਾਲ ਪਾ ਲਈਓ ਹੁਣ ਆਪਾਂ ਪਾਵਾਂਗੇ ਇਹਦੇ ਚ ਟਮਾਟਰ ਹੁਣ ਪਾਵਾਂਗੇ ਜਿਹੜਾ ਆਪਾਂ ਦਹੀਂ ਲਿਆਇਆ 3 ਚਮਚੇ ਸੀ ਵੱਡੇ ਦਹੀਂ ਦੇ ਮੇਰੇ ਕਰੇ ਜੰਮਿਆ ਹੋਇਆ ਦਹੀਂ ਸੀਗਾ ਜਿਹੜਾ ਸੁੱਕਾ ਧਨੀਆ ਪਾਉਣਾ ਆ ਉਹ ਮੈਂ ਥੋੜਾ ਜਿਹਾ ਦਰਦਰਾ ਇਦਾਂ ਪੀਸ ਲਿਆ ਸੁੱਕਾ ਧਨੀਆ ਲਿਆ ਇੱਕ ਵੱਡਾ ਚਮਚਾ ਇੱਕ ਵੱਡਾ ਚਮਚਾ ਮੈਂ ਕਸੂਰੀ ਮੇਥੀ ਲਈ ਆ ਇਹ ਆਪਸ਼ਨਲ ਹੈ ਜੇ ਤਰ ਕੋ ਹੈਗੀ ਆ ਤੇ ਤੁਸੀਂ ਪਾ ਸਕਦੇ ਨੇ ਨਹੀਂ ਹੈਗੀ ਤਾਂ ਰਹਿਣ ਸਕਦੇ ਆ ਇਹਨੂੰ ਥੋੜਾ ਜਿਹਾ ਆਪਾਂ ਹੱਥ ਤੇ ਪਾ ਕੇ ਥੋੜਾ ਜਿਹਾ ਦਰਦਰਾ ਪੀਸ ਕੇ ਹੁਣ ਪਾਈਏ ਆਪਾਂ ਵਿੱਚ ਜੀਰਾ ਇਹਦੇ ਇੱਕ ਵੱਡਾ ਚਮਚਾ ਮੈਂ ਜੀਰੇ ਦਾ ਪਾਇਆ ਤੇ ਇੱਕ ਚਮਚਾ ਆਪਾਂ ਪਾਵਾਂਗੇ ਆਪਾਂ ਗਰਮ ਮਸਾਲਾ ਅੱਧਾ ਇੱਕ ਚਮਚਾ ਆਪਾਂ ਹਲਦੀ ਦਾ ਪਾਵਾਂਗੇ ਇਹਦੇ ਵਿੱਚ ਲੂਣ ਜਿਹੜਾ ਆ ਉਹ ਆਪਾਂ ਐਂਡ ਤੇ ਆ ਕੇ ਪਾਵਾਂਗੇ ਹੁਣ ਆਪਾਂ ਇਹਦੇ ਚ ਧਨੀਆ ਤੇ ਜਿਹੜੀ ਪਾਲਕ ਹੈ ਫ੍ਰੀਜ਼ਰ ਦੇ ਵਿੱਚ ਪਈ ਆ ਉਹ ਮੈਂ ਕੱਢ ਕੇ ਉਹ ਮਿਕਸ ਕਰਾਂਗੇ ਪਾਲਕ ਜਿਹੜੀ ਹੈ ਮੈਂ ਬਰੀਕ ਬਰੀਕ ਕੱਟ ਕੇ ਰੱਖੀ ਹੋਈ ਸੀ ਫ੍ਰੀਜ਼ਰ ਦੇ ਵਿੱਚ ਉਹ ਪਾਤੀ ਆ ਤੇ ਨਾਲ ਹੀ ਆਪਾਂ ਪਾ ਦੇਣਾ ਹਰਾ ਧਨੀਆ ਉਹ ਵੀ ਬਹੁਤ ਸੋਹਣਾ ਲੱਗਦਾ ਉਹ ਵੀ ਮੇਰਾ ਫ੍ਰੀਜ਼ਰ ਵਾਲਾ ਹੀ ਆ ਥੋੜਾ ਜਿਹਾ ਆਪਾਂ ਹਰਾ ਧਨੀਆ ਪਾ ਦਵਾਂਗੇ ਹੁਣ ਇਹਨੂੰ ਆਪਾਂ ਪਹਿਲਾਂ ਮਿਕਸ ਕਰ ਲਈਏ ਸਾਰੇ ਨੂੰ ਫੇਰ ਆਪਾਂ ਇਹਦੇ ਚ ਪਾਉਣੇ ਆ ਮਸਲ ਤੁਸੀਂ ਸਮਾਨ ਜਿਹੜਾ ਆ ਲੂਣ ਮਿਰਚ ਆਪਣੇ ਹਿਸਾਬ ਨਾਲ ਪਾ ਸਕਦੇ ਆ ਮੈਂ ਆਪਣੇ ਹਿਸਾਬ ਨਾਲ ਪਾ ਲਿਆ ਆ ਤੇ ਹੁਣ ਆਪਾਂ ਇਹਦੇ ਵਿੱਚ ਬੇਸਣ ਮਿਕਸ ਕਰਦੇ ਆ ਪਹਿਲਾਂ ਆਪਾਂ ਇੱਕ ਕੌਲੀ ਮਿਕਸ ਕਰਦੇ ਆ ਇਹਦੇ ਵਿੱਚ ਬੇਸਣ ਦੀ ਮੈਂ ਤੁਹਾਨੂੰ ਅੱਗੇ ਵੀ ਜਿਹੜੀ ਪਕੌੜੀਆਂ ਵਾਲੀ ਵੀਡੀਓ ਬਣਾਈ ਸੀ ਉਹ 'ਚ ਵੀ ਦੱਸਿਆ ਸੀ ਕਿ ਬੇਸਣ ਜਦੋਂ ਮਿਕਸ ਕਰਨਾ ਆ ਉਦੋਂ ਸਾਰੇ ਸਮਾਨ ਨੂੰ ਇਹਨਾਂ ਬੇਸਣ ਆਪਣਾ ਲੱਗ ਜਾਣਾ ਚਾਹੀਦਾ ਹੈ ਹਨਾ ਇੰਨਾ ਕੁ ਬੇਸਣ ਹੋਣਾ ਚਾਹੀਦਾ ਆ ਇਹਦਾ ਕੋਈ ਹਿਸਾਬ ਨਹੀਂ ਹੁੰਦਾ ਵੀ ਇੰਨੇ ਆਪਾਂ ਇੰਨਾ ਸਮਾਨ ਲਿਆ ਇਹਦੇ 'ਚ ਇੰਨਾ ਬੇਸਣ ਪਾਈ ਹੈ ਹਨਾ ਇਹਦਾ ਸਿਰਫ ਜਦੋਂ ਮਿਕਸ ਕਰਨਾ ਆ ਸਮਾਨ ਉਹਦੇ ਮੈਂ ਤੁਹਾਨੂੰ ਦੱਸੂਗੀ ਇਹਦਾ ਕਿੱਦਾਂ ਹੋਣਾ ਚਾਹੀਦਾ ਆ ਸਮਾਨ ਹਨਾ ਹੁਣ ਆਪਾਂ ਇਹਨੂੰ ਹੱਥ ਨਾਲ ਮਿਕਸ ਕਰਾਂਗੇ ਕਰਕੇ ਸਟਿਕ ਦੇ ਨਾਲ ਨਹੀਂ ਇਹਦਾ ਪਤਾ ਲੱਗਦਾ ਪਾਣੀ ਆਪਾਂ ਬਾਅਦ ਚ ਦੇਖ ਕੇ ਪਾਵਾਂਗੇ ਜਦੋਂ ਆਪਾਂ ਲੋੜ ਪਊਗੀ ਪਾਣੀ ਦੀ ਫਿਰ ਪਾਣੀ ਪਾਵਾਂਗੇ ਆਪਾਂ ਇਹਦੇ ਚ ਜਿੰਨੀ ਕੁ ਲੋੜ ਪਊਗੀ ਆਪਾਂ ਨੂੰ ਫਰਗੇ ਆਪਾਂ ਦਹੀਂ ਪਾਇਆ ਆ ਟਮਾਟਰ ਪਾਏ ਆ ਜੇ ਪਹਿਲੇ ਪਾਣੀ ਪਾ ਦਿੱਤਾ ਫਿਰ ਉਹ ਪਤਲਾ ਹੋ ਜਾਣਾ ਹੈ ਬੇਸਨ ਦੀ ਆਪਾਂ ਇੱਕ ਕੋਲੀ ਪਾਈ ਸੀ ਮੇਰੇ ਹਿਸਾਬ ਨਾਲ ਹਜੇ ਬੇਸਨ ਇੱਕ ਕੋਲੀ ਆਪਾਂ ਹੋਰ ਇਹ ਚ ਛਪੋਣੇ ਆ ਫਿਰ ਆਪਣਾ ਜਿਹੜਾ ਬੈਟਰ ਆ ਉਹ ਐਂ ਠੀਕ ਹੋ ਜਾਣਾ ਹੈ ਇੱਕ ਕੋਲੀ ਜਿਹੜੀ ਆਪਾਂ ਬੇਸਨ ਦੀ ਹੋਰ ਲਈ ਆ ਉਹ ਵੀ ਪਾਤੀ ਮੈਂ ਹੁਣ ਫੇਰ ਇਹਨੂੰ ਆਪਾਂ ਚੰਗੀ ਤਰ੍ਹਾਂ ਹੱਥ ਨਾਲ ਹਲਾਵਾਂਗੇ ਮੈਨੂੰ ਲੱਗਦਾ ਆਪਾਂ ਨੂੰ ਪਾਣੀ ਪਾਉਣ ਦੀ ਲੋੜ ਹੀ ਨਹੀਂ ਪੈਣੀ ਹੈਗੀ ਕਰਕੇ ਦਹੀਂ ਵੀ ਸੀਗਾ ਆਪਣਾ ਟਮਾਟਰ ਸੀਗਾ ਜੇ ਲੋੜ ਪਾਉਗੀ ਫੇਰ ਪਾਣੀ ਪਾਵਾਂਗੇ ਨਹੀਂ ਤਾਂ ਨਹੀਂ ਜਦ ਲੂਣ ਪਾ ਦਿੰਨੇ ਨਾ ਫੇਰ ਇਹ ਪਾਣੀ ਛੱਡ ਜਾਂਦਾ ਹੈ ਜਿਹੜਾ ਬੇਸਣ ਆ ਪਾਲਕ ਆ ਜਿਹੜੀ ਆਪਣੀ ਇਹ ਫੇਰ ਪਹਿਲੇ ਬੈਟਰ ਆਪਣਾ ਪਤਲਾ ਹੋ ਜਾਂਦਾ ਹੈ ਜਿਹੜਾ ਲੂਣ ਆ ਉਹ ਐਂਡ ਤੇ ਜਾ ਕੇ ਪਾਉਣਾ ਆ ਆਪਣੀਆਂ ਦੋ ਕੋਲੀਆਂ ਬਹੁਤ ਹੀ ਬੇਸਣ ਦੀਆਂ ਇਹਦੇ ਵਿੱਚ ਦੇਖ ਏਦਾਂ ਤਾਂ ਹੋਣਾ ਚਾਹੀਦਾ ਹੈ ਸਾਰੇ ਸਮਾਨ ਨੂੰ ਬੇਸਣ ਐਂ ਚੰਗੀ ਤਰ੍ਹਾਂ ਲੱਗਾ ਹੋਣਾ ਚਾਹੀਦਾ ਇਹ ਹੱਥ ਨਾਲ ਹੀ ਮਿਕਸ ਹੋਣਾ ਹੈ ਫੇਰ ਹੀ ਪਤਾ ਲੱਗਣਾ ਹੈ ਵੀ ਬੇਸਣ ਕਿੰਨਾ ਹਸਾਬ ਆ ਹਨ ਇਹਦੇ ਜੇ ਤੁਸੀਂ ਲੂਣ ਮਿਰਚ ਜੇ ਤੁਸੀਂ ਚੈੱਕ ਕਰਨਾ ਚਾਹੁੰਦੇ ਹੋ ਨਾ ਲੂਣ ਪਾ ਕੇ ਫੇਰ ਤੁਸੀਂ ਇਹਦੇ ਕੱਚੇ ਨੂੰ ਮੜ ਜਾ ਤੁਸੀਂ ਦੇਖ ਲਓ ਖਾ ਕੇ ਲੂਣ ਮਿਰਚ ਸਹੀ ਆ ਹੁਣ ਆਪਾਂ ਇਹਦੇ ਸਿਰਫ ਲੂਣੇ ਇਕੱਲਾ ਮਿਕਸ ਕਰਨਾ ਹੈ ਆਪਾਂ ਪਹਿਲਾਂ ਪਾਈਏ ਕੜਾਈ ਦੇ ਵਿੱਚ ਤੇਲ ਤੇਲ ਗਰਮ ਹੋਊਗਾ ਤੇ ਫੇਰ ਆਪਾਂ ਕੋੜੇ ਛੱਡਾਂਗੇ ਇਹਦੇ ਉਧਰ ਕੜਾਈ 'ਚ ਤੇਲ ਪਾ ਕੇ ਰੱਖ ਦਿੱਤਾ ਹੈ ਤੇ ਇਹਦੇ 'ਚ ਆਪਣਾ ਪਾਉਣ ਵਾਲਾ ਰਹਿੰਦਾ ਲੂਣ ਇਹ 'ਚ ਮੈਂ ਲੂਣ ਆਪਣੇ ਹਿਸਾਬ ਨਾਲ 2 ਚਮਚੇ ਪਾ ਦੇਣੇ ਵੱਡੇ ਤੇ ਜੇ ਜੇ ਸੇਜ ਮੈਨ ਪਾਉਣਾ ਚਾਹੁੰਨੇ ਤਾਂ ਉਹ ਵੀ ਪਾ ਸਕਦੇ ਆ ਮੈਂ ਵੀ ਥੋੜੀ ਜਿਹੀ ਪਾਉਣ ਲੱਗੀ ਆ ਇਹਦੇ ਚ ਅੱਧਾ ਚਮਚਾ ਆਹ ਦੇਖੋ ਆਪਾਂ ਜਿੱਦਾਂ ਇਹਦੇ ਚ ਲੂਣ ਮਿਕਸ ਕੀਤਾ ਨਾਲ ਹੀ ਇਹ ਪਤਲਾ ਹੋਣਾ ਸ਼ੁਰੂ ਹੋ ਗਿਆ ਰੱਖ ਲੇਖਿਆ ਤਾਂ ਕਰਕੇ ਲੂਣ ਇਹਦੇ ਚ ਮਗਰੋਂ ਪਾਉਣਾ ਆ ਜੇ ਤੁਹਾਡ ਕੋ ਦਹੀਂ ਜਾਂ ਟਮਾਟਰ ਨਹੀਂ ਹੈਗੇ ਨਹੀਂ ਤੁਸੀਂ ਪਾਉਣਾ ਚਾਹੁੰਦੇ ਫਿਰ ਤੁਸੀਂ ਇਹਦੇ ਚ ਪਾਣੀ ਪਾ ਲਓ ਜਾਂ ਤੁਸੀਂ ਇਹਦੇ ਚ ਦੁੱਧ ਪਾ ਲਓ ਦੁੱਧ ਵੀ ਪਾ ਸਕਦੇ ਆ ਆਪਾਂ ਨੂੰ ਨਾ ਪਾਣੀ ਦੀ ਲੋੜ ਪਈ ਨਾ ਆਪਣਾ ਦੁੱਧ ਦੀ ਲੋੜ ਪਈ ਕਰਕੇ ਆਪਣਾ ਦਹੀਂ ਵੀ ਨਾਈਸ ਸੀਗਾ ਆਪਣਾ ਟਮਾਟਰ ਵੀ ਆਪਾਂ ਪਾ ਲਏ ਹਨ ਹੁਣ ਆਪਾਂ ਤੇਲ ਚੈੱਕ ਕਰੀਏ ਕੜਾਹੀ ਚ ਤੇਲ ਹੋ ਗਿਆ ਤਾਂ ਪਕੌੜੇ ਛੱਡੀਏ ਹੁਣ ਆਪਾਂ ਪਹਿਲਾਂ ਤੇਲ ਚੈੱਕ ਕਰੀਏ ਸਭ ਤੋਂ ਪਹਿਲਾਂ ਤੇਲ ਚੈੱਕ ਕਰਨਾ ਆ ਆਪਾਂ ਥੋੜਾ ਜਿਹਾ ਇੱਕ ਕਾਲੂ ਵਿੱਚ ਛੱਡਣ ਲੱਗੇ ਆ ਪਕੌੜਾ ਜਿਹੜਾ ਆ ਆਪਣੇ ਆਪ ਤਾਹ ਨੂੰ ਆ ਜਵੇ ਆਪਣਾ ਪਕੌੜਾ ਤਾਹ ਨੂੰ ਆ ਰਿਹਾ ਆ ਤੇ ਹੁਣ ਆਪਾਂ ਗੈਸ ਕਰ ਦੇਣਾ ਮੀਡੀਅਮ ਤੇ ਹੁਣ ਆਪਾਂ ਨਾਲ ਦੀ ਨਾਲ ਇਹਦੇ ਵਿੱਚ ਛੋਟਾ ਵੱਡਾ ਸਾਈਜ਼ ਜਿੰਦਾ ਦਾ ਤੁਸੀਂ ਕਰਨਾ ਚਾਹੁੰਦੇ ਹੋ ਪਕੌੜਿਆਂ ਦਾ ਉਦਾਂ ਦਾ ਕਰ ਸਕਦੇ ਆ ਮੈਨੂੰ ਜਿੱਦਾਂ ਚੰਗੇ ਲੱਗਦੇ ਮੈਂ ਛੱਡ ਲੈਣੇ ਆ ਹਨਾ ਆਪਾਂ ਇਦਾਂ ਹੌਲੀ-ਹੌਲੀ ਸਾਰੀ ਕੜਾਈ ਆਪਾਂ ਪੂਰ ਇੱਕ ਭਰ ਲੈਣਾ ਆ ਵੀਡੀਓ ਦੇਖਦੇ ਹੋਣੇ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਰਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਸੀ ਥੈਂਕ ਯੂ ਵੈਰੀ ਮੱਚ ਤੁਸੀਂ ਮੈਨੂੰ ਇੱਥੇ ਤੱਕ ਲੈ ਕੇ ਆਏ ਤੁਹਾਨੂੰ ਕੁਕਿੰਗ ਮੇਰੀ ਚੰਗੀ ਲੱਗਦੀ ਆ ਤਾਂ ਤੁਸੀਂ ਗਾਹਾਂ ਵੀ ਸ਼ੇਅਰ ਕਰ ਸਕਦੇ ਆ ਤਾਂ ਇਦਾਂ ਆਪਾਂ ਸਾਰੇ ਹੌਲੀ-ਹੌਲੀ ਪਾ ਕੇ ਸਾਰੀ ਕੜਾਈ ਆਪਾਂ ਭਰ ਲੈਣੀ ਆ ਇਹਨਾਂ ਨੂੰ ਨਾਲ-ਨਾਲ ਨਾ ਹੁਣ ਆ ਤੇ ਹਿਲਾਇ ਜਾਣਾ ਉੱਠਣ ਲੱਪੈ ਨਾ ਆਪਣੇ ਆਪ ਤੁਸੀਂ ਜੇ ਇਹਨਾਂ ਮਰਜ਼ੀ ਹਿਲਾ ਲਿਓ ਨਾ ਫੋਰਕ ਨਾਲ ਹਿਲਾ ਲਓ ਚਮਚੇ ਨਾਲ ਹਿਲਾ ਲਓ ਨਾਈਫ ਨਾਲ ਹਿਲਾ ਲਓ ਹੁਣ ਇਹਨਾਂ ਦਾ ਪਾਸਾ ਚੇਂਜ ਕਰ ਦੇਣਾ ਆਪਾਂ ਤੇ ਪਾਸਾ ਚੇਂਜ ਕਰਕੇ ਫਿਰ ਇਹਨਾਂ ਨੂੰ ਥੋੜੇ ਜਿਹਾ ਆਪਾਂ ਘੁੱਟ ਦੇਣਾ ਥੱਲੇ ਨੂੰ ਇਦਾਂ ਦਬਾ ਦੇਣਾ ਇਹਨੂੰ ਛਰਨੀ ਦੇ ਨਾਲ ਤੇ ਜਿਹੜੇ ਅੰਦਰੋਂ ਆ ਆਲੂ ਜਿਹੜੇ ਆ ਸਾਰੇ ਸਬਜ਼ੀਆਂ ਜਿਹੜੀਆਂ ਆ ਉਹ ਹੋ ਜਾਣੀਆਂ ਚੰਗੀ ਤਰ੍ਹਾਂ ਇਹਨਾਂ ਪੱਕ ਜਾਣੀਆਂ ਹੁਣ ਆਪਾਂ ਇਹ ਹਿਲਾ ਲਏ ਆ ਹੁਣ ਇਹਦੇ ਛਰਨੀ ਦੇ ਨਾਲ ਇਹਨੂੰ ਪੁੱਲ ਪੁੱਲ ਇਦਾਂ ਦਬ ਦੇਣਾ ਜਿਹੜੇ ਪਕੌੜੇ ਆ ਫਿਰ ਆਪਣੇ ਅੰਦਰੋਂ ਰੈੱਜ ਜਾਣਗੇ ਸਵਾਟ ਇਦਾਂ ਹਿਲਾ ਲੈਣਾ ਇਹਨਾਂ ਨੂੰ ਹੁਣ ਜਦੋਂ ਗੋਲਡਨ ਬ੍ਰਾਊਨ ਹੋ ਜਾਣਗੇ ਕੱਢ ਕੇ ਫਿਰ ਤੁਹਾਨੂੰ ਮੈਂ ਦਿਖਾਉਣੀ ਆ ਆਪਣੇ ਪਕੌੜੇ ਜਿਹੜੇ ਆ ਐਨ ਲੜ ਗਏ ਆ 골ਡਨ ਬ੍ਰਾਊਨ ਹੋ ਗਏ ਆ ਤੇ ਮੈਂ ਤਾਂ ਹੁਣ ਲੱਗੀ ਇਹਨਾਂ ਨੂੰ ਕੱਢਣ ਜਿੱਦਾਂ ਆਪਾਂ ਅੱਗੇ ਝਾਲੀ 'ਚ ਕੱਢੀਦੇ ਆ ਐਦਾਂ ਮੈਂ ਇਹ 'ਚ ਕੱਢ ਰਣੇ ਆ ਤੇ ਇਹਦੇ ਨਾਲ ਤੇਲ ਜਿਹੜਾ ਆ ਥੱਲੇ ਨਿਚੜ ਜਾਂਦਾ ਆ ਬਾਦੂ ਜਿਹੜਾ ਹੁੰਦਾ ਆ ਤੁਸੀਂ ਵੀ ਦੇਖਿਓ ਬਣਾ ਕੇ ਜਦੋਂ ਬਣਾਉਨੇ ਹੁੰਨੇ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਕਰਦੇ ਆ ਕਰੋ ਤੇ ਹੁਣ ਆਪਾਂ ਤੁਹਾਨੂੰ ਪਲੇਟ ਕਰਕੇ ਦਿਖਾਉਨੇ ਆ ਆਪਾਂ ਪਕੌੜੇ ਵੀ ਪਲੇਟ 'ਚ ਕੱਢ ਲੈ ਤੇ ਮੈਂ ਚਟਨੀ ਵੀ ਰੈਡੀ ਕਰ ਲਈ ਆਹ ਹੈਗੀ ਮਿੱਠੀ ਚਟਨੀ ਆਹ ਹੈਗੀ ਗ੍ਰੀਨ ਚਟਨੀ ਅੱਜ ਜੇ ਤੁਸੀਂ ਦਹੀਂ ਨਾਲ ਖ ਲਿੱਟਸ ਕਰ ਸਕਦੇ ਆ ਤੇ આમਚੂਰ ਮੈਂ ਪਾਉਂਗੀ ਇਹਦੇ ਚੁੰਡੀ ਦੇ ਨਾਲ ਇਹਦੇ ਨਾਲ ਕੀ ਆ ਖਟਾ ਖਟੇ ਬਣੂਗੇ ਬਹੁਤ ਸੋਹਣੇ ਨਾਈਸ ਲੱਗਦੇ ਆ ਇੱਕੋ ਹੀ ਪਿੰਚ ਪਾਉਣੀ ਆ ਨਾਈਸ ਇਹਨਾਂ ਵਿੱਚ ਚੰਗੀ ਤਰ੍ਹਾਂ ਹਿਲਾ ਦੇਣਾ ਤੁਸੀਂ ਚਾਹੇ ਤੁਸੀਂ ਇਹ ਤੇ ਪਾ ਲਓ ਚਾਟ ਮਸਾਲਾ ਚਾਹੇ ਪਾ ਲਓ આમਚੂਰ ਇਹਨੂੰ ਮੁਰਕ ਕੇ ਪਕੌੜਿਆਂ ਨੂੰ ਸਾਰਿਆਂ ਨੂੰ ਚੰਗੀ ਤਰ੍ਹਾਂ ਹਿਲਾ ਦੇਣਾ ਲੋ ਖੜਕਦੇ ਆ ਕ੍ਰਾਂਚੀ ਪਕੌੜੇ ਬਣੇ ਮੇਰੇ ਇਹਨਾਂ ਵਿੱਚ ਹੁਣ ਮੈਂ ਲੂਣ ਮਿਰਚ ਚੈੱਕ ਕਰ ਲੈਣਾ ਨਾਲ ਮੈਂ ਚਾਹ ਬਣਾ ਕੇ ਜੇ ਵੀਡੀਓ ਦੇਖਦੇ ਹੋ ਨਾ ਲਾਈਕ ਸ਼ੇਅਰ ਕਰ ਦੇਈਓ ਨਾਲੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਈਓ Thank you very much.